पिछले कुछ दिन पहला नीटो शटरां वाले वालों एक वेब चैनल नूं दित्ती इंटरव्यू दौरान उसने एक अजिहा विवादित बयान दिता जिस नाल सिख संगतां च खासा रोस पाया जा रहा है। जिस तो बाद अज नीटू शटरां वाले वालों अमृतसर विखे गुरुद्वारा अटारी साहिब विखे पहुंच के समूह सिख संगतां दे सामने माफी मंगी अते अजिहा भविख विच ना करन दी गल कही। इस बारे जदों नीटू शटरां दे नाल गलबात कीती गई तां उन्हां दा इस बारे की कहना है, आओ सुनदे हां। ਨੀਟੂ ਜੀ, ਤੁਸੀਂ ਅੱਜ ਇੱਥੇ ਪਹੁੰਚੇ ਹੋ ਅੰਮ੍ਰਿਤਸਰ, ਕੀ ਕਹਿਣਾ ਚਾਹੋਗੇ ਜੀ ਤੁਹਾਡੇ ਵੱਲੋਂ ਗੁਰਬਾਣੀ ਨਾਲ ਤੋੜ ਮੋੜ ਦੀ ਪੇਸ਼ ਕੀਤੀ ਗਈ? ਹਾਂਜੀ, ਸਭ ਤੋਂ ਪਹਿਲਾਂ ਜੀ ਪ੍ਰਮਾਣ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ ਤੋਂ ਪ੍ਰਮਾਣ ਕਰਦੇ ਜੀ, ਜਿਹੜੀ ਸਾਡੇ ਕੋਲ ਗਲਤੀ ਹੋਈ ਆ, ਆਪਾਂ ਸਾਰੀਆਂ ਸੰਗਤਾਂ ਕੋ ਔਰ ਗੁਰੂ ਮਹਾਰਾਜ ਦੇ ਬਾਣੀ ਕੋ ਔਰ ਆਪਾਂ ਮਾਫੀ ਮੰਗਦੇ ਹਾਂ ਜੀ। ਗੁਰੂ ਮਾਨਿਓ ਗ੍ਰੰਥ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਵੀ ਹੈ ਨਹੀਂ ਗਾ ਜੀ। ਗੁਰੂ ਸਾਹਿਬ ਦੇ ਘਰਾਂ ਵਿੱਚੋਂ ਮਾਫੀ ਮਿਲ ਗਈ, ਉਹਨੂੰ ਸਮਝੋ ਸੱਤ ਜਨਮ 'ਚ ਮਾਫੀ ਮਿਲ ਗਈ। ਮੈਂ ਸਾਰੀ ਸੰਗਤ ਕੋ ਔਰ ਗੁਰੂ ਸਾਹਿਬ ਦੇ ਦਰਬਾਰ 'ਚ ਖੜਾ ਹੋ ਕੇ ਅੱਜ ਨੀਟੂ ਸ਼ਟਰਾਂ ਵਾਲਾ ਮਾਫੀ ਮੰਗਣਾ ਚਾਹੁੰਦਾ ਜੀ। ਜੇ ਮੇਰੇ ਮੂੰਹ 'ਚ ਮਤਲਬ ਗਲਤ ਸ਼ਬਦ ਨਿਕਲਿਆ ਸੀਗਾ ਜੀ, ਗੁਰੂ ਸਾਹਿਬ ਦੇ ਦਿਮਾਗ ਦੇ ਵਿੱਚ ਮੇਰੇ ਪਤਾ ਨਹੀਂ ਕੀ ਸੀ, ਮੈਂ ਤੀਸਰੀ ਫੇਲ ਬੰਦਾ ਵਾਂ ਜੀ। ਬਾਕੀ ਇੱਕ ਵਾਰੀ ਮੈਨੂੰ ਮਾਫ਼ ਕਰ ਦਿਓ ਅਤੇ ਮੈਂ ਦੁਬਾਰਾ ਕਦੀ ਗਲਤੀ ਨਹੀਂ ਕਰਾਂਗਾ। ਜੇ ਗਲਤੀ ਕਰਾਂਗਾ ਜੋ ਬਣਦੀ ਕਾਰਵਾਈ ਹੋਏਗੀ, ਬਾਬਾ ਜੀ ਆਪ ਗਵਾਹ ਵਾ ਜੀ। ਸਾਹ ਸੰਗਤ ਸਾਰੀ ਸੰਗਤ ਮੇਰੇ 'ਤੇ ਜੋ ਕਾਰਵਾਈ ਕਰਨਾ ਚਾਹੇ ਕਰ ਦੇ, ਪਰ ਮੈਂ ਹੱਥ ਜੋੜ ਕੇ ਸਾਰੀ ਸੰਗਤ ਕੋ ਕਿ ਆਪਣੇ ਪੂਰੇ ਹਿੰਦੂ ਪੂਰੇ ਵਰਲਡ ਕੋ ਮਾਫੀ ਮੰਗਣਾ ਚਾਹੁੰਦਾ ਜੀ ਕਿ ਜੇ ਮੇਰੇ ਕੋ ਮੈਂ ਗਲਤੀ ਕੀਤੀ ਹੈ ਤਾਂ ਮੈਨੂੰ ਇੱਕ ਵਾਰੀ ਮਾਫ਼ ਕਰ ਦਿਓ। ਨੀਟੂ ਸ਼ਟਰਾਂ ਵਾਲਾ ਖੁਦ ਵਿਵਾਦ ਘੇਰਦਾ ਕਿ ਉਹਨੂੰ ਵਿਵਾਦ ਘੇਰ ਕੇ ਲਿਆਉਂਦਾ? ਪਤਾ ਨਹੀਂ ਜੀ, ਕਿੱਸਾ ਜੀ ਬਹੁਤ ਕਿਸਮਤ ਮਾੜੀ ਹੈ ਜੀ। ਮੈਂ ਕੀ ਦੱਸਾਂ, ਸਾਡੇ ਘਰ ਦੇ ਹਾਲਾਤ ਮਾੜੇ ਆ ਅਤੇ ਪਰ ਲੇਕਿਨ ਪਤਾ ਨਹੀਂ ਰੱਬ ਮੇਰੇ ਨਾਲ ਕਿਉਂ ਇੱਦਾਂ ਕਰ ਰਿਹਾ ਜੀ, ਮੈਨੂੰ ਨਹੀਂ ਸਮਝ ਆ ਰਹੀ ਕੁਛ ਜੀ। ਲੇਕਿਨ ਗੁਰਬਾਣੀ ਨਾਲ ਤੋੜ ਮੋੜ ਕਰਨ ਵਾਲਾ ਥੋੜ੍ਹਾ ਜਿਹਾ ਤੁਹਾਨੂੰ ਸੋਚਣਾ ਨਹੀਂ ਚਾਹੀਦਾ? ਨਹੀਂ ਜੀ, ਆਪਾਂ ਦੇਖੋ ਤੁਸੀਂ ਮੇਰੀ ਜਿੰਨੀ ਵੀਡੀਓ ਦੇਖੋਗੇ ਨਾ, ਉਹ 'ਚ ਸਭ ਤੋਂ ਪਹਿਲਾਂ ਮੈਂ ਦੇਖਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਗੁਰੂ ਸਾਹਿਬ ਨਾਲ ਬਹੁਤ ਪਿਆਰ ਕਰਦਾ ਜੀ, ਦਿਲੋਂ ਕਰਦਾ ਵਾਂ ਔਰ ਦਿਲੋਂ ਕਰਦਾ ਰਹੂੰਗਾ ਜੀ। ਗੁਰੂ ਸਾਹਿਬਾਂ ਨਾਲ ਪਿਆਰ ਕਰਦੇ ਹੋ ਤਾਂ ਫਿਰ ਬਾਣੀ ਦੇ ਨਾਲ ਬਾਣੀ ਦਾ ਸਤਿਕਾਰ ਵੀ ਤਾਂ ਕਰਨਾ? ਅੱਜ ਮੈਂ ਗੁਰਦੁਆਰੇ ਖੜਾ ਜੀ, ਮੈਂ ਉਹਨਾਂ ਦੇ ਚਰਨਾਂ ਨੂੰ ਰੋਟੀ ਲਾ ਕੇ ਨਾ ਰੋਜ਼ ਸ਼ਾਮੀ ਜਾਂ ਸਵੇਰੇ ਖਾਣਾ ਜੀ ਮੈਂ। ਥੋੜ੍ਹੀ ਗੱਲ ਕਰਦੀ ਬੇਟਾ, ਬਾਕੀ ਇਹਨਾਂ ਕੋ ਗੁਰੂ ਸਾਹਿਬ ਕੋ ਮਾਫੀ ਮੰਗਣਾ ਚਾਹੁੰਦਾ ਜੀ। ਮੈਂ ਕਦੀ ਗੁਰੂ ਦਾ ਨਾਰਦਨ ਨਹੀਂ ਕਰਾਂਗਾ, ਜੇ ਕਦੀ ਜ਼ਿੰਦਗੀ ਵਿੱਚ ਨਹੀਂ, ਕਦੀ ਸੋਚ ਨਹੀਂ ਸਕਦਾ ਜੀ, ਮੈਂ ਕਦੀ ਆਪਣੇ ਸੁਪਨੇ ਵਿੱਚ ਨਹੀਂ ਸੋਚ ਸਕਦਾ ਜੀ ਕਦੀ। ਅੱਜ ਆਏ ਹੋ ਤੁਸੀਂ? ਹਾਂਜੀ, ਅੱਜ ਮਾਫੀ ਮੰਗਾਂਗਾ ਜੀ, ਸਾਰੀ ਸੰਗਤ ਕੋ ਮੰਗਦਾ ਜੀ, ਨਾਲੇ ਮੈਂ ਪੂਰੇ ਵਰਲਡ ਕੋ ਮੰਗਦਾ ਅਤੇ ਮੈਨੂੰ ਇੱਕ ਵਾਰੀ ਮਾਫ਼ ਕੀਤਾ ਜਾਵੇ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਨੀਟੂ ਸ਼ਟਰਾਂ ਵਾਲਾ ਜਿਹਨੇ ਪਿਛਲੇ ਕੁਛ ਦਿਨ ਪਹਿਲਾਂ ਗੁਰਬਾਣੀ ਦੀ ਇੱਕ ਪੰਕਤੀ ਦੀ ਬੇਨਤੀ ਕੀਤੀ ਸੀਗੀ, ਗੁਰਬਾਣੀ ਦੀ ਪੰਕਤੀ ਨੂੰ ਗਲਤ ਢੰਗ ਨਾਲ ਬੋਲਿਆ ਸੀਗਾ, ਅੱਜ ਜਥਾ ਸਿਰਲਤ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸਮੂਹ ਸੰਗਤ ਜਥੇਬੰਦੀਆਂ ਦੀ ਹਾਜ਼ਰੀ ਦੇ ਵਿੱਚ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹ 6ਵੇਂ ਪਿੰਡ ਸੁਲਤਾਨਵਿੰਡ ਵਿਖੇ ਇਹ ਆਇਆ। ਵੀਰ ਪ੍ਰਦੀਪ ਸਿੰਘ ਗੱਬਰ ਅਤੇ ਹੋਰ ਵੀਰ ਭਰਾਵਾਂ ਵੱਲੋਂ ਜਿਹੜਾ ਸੀ ਉਹ ਬੇਨਤੀ ਕੀਤੀ ਗਈ ਸੀ ਕਿ ਇਹਨੂੰ ਇੱਕ ਵਾਰ ਮੌਕਾ ਦਿੱਤਾ ਜਾਵੇ। ਸੋ ਸਾਰੀ ਸੰਗਤ ਜਥੇਬੰਦੀਆਂ ਦੇ ਸਲਾਹ ਨਾਲ ਜਥਾ ਸਿਰਲਤ ਖਾਲਸਾ ਦੇ ਮੁੱਖ ਸਦਰ ਭਾਈ ਦਿਲਬਾਗ ਸਿੰਘ ਨੇ ਉਹਨਾਂ ਦੇ ਹੁਕਮ ਦੇ ਨਾਲ ਅਸੀਂ ਸਾਰਿਆਂ ਨੇ ਵਿਚਾਰ ਕਰਕੇ ਇੱਕ ਮੌਕਾ ਇਹਨੂੰ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਕਿ ਇੱਕ ਵਾਰੀ ਇਹਨੂੰ ਮੌਕਾ ਦੇਵਾਂਗੇ, ਜੇਕਰ ਦੁਬਾਰਾ ਇਹਨੇ ਕੋਈ ਇਹੋ ਜਿਹੀ ਗਲਤੀ ਕੀਤੀ ਅਤੇ ਜਿਹੜੀ ਬਣਦੀ ਇਹਨੂੰ ਸਜ਼ਾ ਵਾ ਉਹ ਖਾਲਸਾ ਪੰਥ ਰਵਾਇਤਾਂ ਅਨੁਸਾਰ ਵੀ ਅਤੇ ਕਾਨੂੰਨ ਅਨੁਸਾਰ ਦਿੱਤੀ ਜਾਊਗੀ ਜੀ। ਲੇਕਿਨ ਲੱਗਦਾ ਨਹੀਂ ਆ ਕਿ ਵਾਰ ਵਾਰ ਗੁਰਬਾਣੀ ਦੇ ਨਾਲ ਹੀ ਛੇੜਛਾੜ ਕੀਤੀ ਜਾ ਰਹੀ ਆ ਔਰ ਇਸ ਤਰ੍ਹਾਂ ਦੇ ਹੀ ਲੋਕ ਤੱਤਵ ਜਿਹੜੇ ਇਹ ਜਿਹੜੀ ਤੁਹਾਡੀ ਗੱਲ ਪੁਆਇੰਟ ਆ, ਬਿਲਕੁਲ ਕੁਛ ਲੋਕ ਫੋਕੀ TRP ਦੇ ਵਾਸਤੇ ਵਿਵਾਦ ਪੈਦਾ ਕਰਨ ਵਾਸਤੇ ਇਹੋ ਜਿਹੀਆਂ ਕਰਤੂਤਾਂ ਕਰਦੇ ਆ ਜਿਹੜੀਆਂ ਬੜੀਆਂ ਮੰਦਭਾਗੀਆਂ ਨੇ। ਇਹ ਲੋਕਾਂ ਨੂੰ ਸਮਝਣਾ ਚਾਹੀਦਾ ਵਾ। ਵੇਖੋ, ਜੇ ਤਾਂ ਹੁਣ ਜਿਸ ਤਰ੍ਹਾਂ ਇਹਨੇ ਕੁਛ ਕੀਤਾ ਸੀ, ਜੇ ਗੁੱਸੇ ਵਿੱਚ ਸਿੰਘ ਸੀ ਜਾ ਕੇ ਇਹਦੇ ਕੋਈ ਸੱਟ ਪਿੱਟ ਲਾ ਦਿੰਦੇ, ਫਿਰ ਲੋਕਾਂ ਕਹਿੰਦੇ ਗਰੀਬ ਮਾਰ ਕਰਤੀ। ਪਰ ਲੋਕ ਜਿਹੜੇ ਇਹ ਕਹਿੰਦੇ ਨੇ ਗਰੀਬ ਮਾਰ ਕਰਤੀ, ਉਹ ਇਹ ਕਿਉਂ ਨਹੀਂ ਵੇਖਦੇ ਵੀ ਕੋਈ ਵੀ ਬੰਦਾ ਉੱਠ ਕੇ ਗੁਰਬਾਣੀ ਦੀ ਇਸ ਤਰ੍ਹਾਂ ਬੇਨਤੀ ਕਰਦਾ ਜਾਂ ਸਿੱਖ ਸਿਧਾਂਤਾਂ ਦੇ ਖਿਲਾਫ਼ ਬੋਲਦਾ, ਕੋਈ ਗੁਰੂ ਘਰ ਦੇ ਖਿਲਾਫ਼ ਬੋਲਦਾ, ਅਤੇ ਉਹਦੀ ਗਲਤੀ ਕਿਉਂ ਨਹੀਂ ਵੇਖੀ ਜਾਂਦੀ? ਇਹ ਦੇਖੀਏ ਵੀ ਲੋਕ ਜਿਹੜੇ ਨੇ ਫੋਕੀ TRP ਦੇ ਵਾਸਤੇ, ਕਿਉਂਕਿ ਹੋਰ ਤਾਂ ਕੋਈ ਹੈ ਨਹੀਂ ਕੰਮ, ਹੁਣ ਇਹ ਕਿਰਤ ਕਰਦਾ ਸੀ ਆਪਣੀ, ਪਹਿਲਾਂ ਜਿਵੇਂ ਕੰਮ ਕਰਦਾ ਸੀ ਸ਼ਟਰਾਂ ਸ਼ੁਟਰਾਂ ਦਾ, ਉਹ ਸਾਰਾ ਕੁਝ ਛੱਡ ਕੇ ਇਸ ਬੰਨੇ ਤੁਰ ਪਿਆ, ਕਿਉਂਕਿ ਇਹ 'ਚ ਕੀ ਆ ਕਿ ਫੋਕੀ TRP ਮਿਲਦੀ ਆ, ਕੋਈ ਨਾ ਕੋਈ ਇਹੋ ਜਿਹੀ ਚਵਲ ਮਾਰ ਦੇਣੀ, ਚਵਲ ਮਾਰਨ ਤੋਂ ਬਾਅਦ ਚਾਰ ਛਿਲੜ ਕੇ ਬਣ ਜਾਣੇ, ਇਹ ਕਰਤੂਤ ਬੜੀ ਮਾੜੀ ਆ। ਅਸੀਂ ਇਹਨਾਂ ਨੂੰ ਜਿਹੜੇ ਵੀ ਇਹੋ ਜਿਹੇ ਲੋਕ ਨੇ, ਅਸੀਂ ਇਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਹਾਂ ਵੀ ਬੰਦੇ ਦੇ ਪੁੱਤ ਬਣੋ, ਆਪਣੀ ਕਿਰਤ ਕਰੋ, ਆਪਣਾ ਕੰਮ ਕਰੋ, ਸਾਨੂੰ ਤੁਹਾਡੇ ਕੰਜਰਖਾਨੇ ਨਹੀਂ ਮਤਲਬ, ਜੋ ਮਰਜ਼ੀ ਕੰਧਾਂ 'ਚ ਟੱਕਰਾਂ ਮਾਰੋ, ਪਰ ਕਿਸੇ ਸਿੱਖ ਸਿਧਾਂਤ ਮਰਿਆਦਾ ਦੇ ਖਿਲਾਫ਼, ਗੁਰਬਾਣੀ ਦੇ ਅਨੁਸਾਰ ਖਿਲਾਫ਼, ਕਿਸੇ ਸਾਡੇ ਸ਼ਹੀਦ ਦੇ ਖਿਲਾਫ਼ ਜੇ ਕੁਛ ਬੋਲਿਆ, ਡਾਂਗ ਫੇਰਾਂਗੇ ਰੀਹ ਨਾਲ ਫੜ ਕੇ, ਜਿਹੜੀ ਕਾਨੂੰਨੀ ਕਾਰਵਾਈ ਉਹ ਵੀ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
जिस तरह पिछे जे जिदा विवादों के आम ही नीटू सटर वाला रहा, इस तरह ही इस बंदे ने गुरु साहब की बाणी ना बहुत छेड़छाड़ जी बोल दे तो जरा काम आनू इन्ना नहीं ही पता कि बहुत ज़्यादा भारी पै सकता, क्योंकि अगे वाला काम जोड़ा वा इन्हों भी बोल लिया तो चलो कोई गल नहीं कोई बोलिया ज ना बोलिया, पर कुछ बंदे कमेंट भी कर रहे हैं कि गरीब बंदे दे नाल कम क्यों किया, ये गरीब आ तुसी जथेबंदी जथा थिरला ते खालसा ते जोर क्यों जमा रहा। इन्हां वीरां नूं ये भी पता होना चाहिए कि जिहड़ा जथा थिरला ते खालसा वा ये थोड़े दिन पहले सूरी नूं भी परचा करा के अंदर कराया ते वह कोई गरीब नहीं ही, जदों कौम प्रति कोई जां कोई पंथ जां ग्रंथ प्रति जिहड़ा बंदा माड़ा बोलता तो वह बंदे नूं बख्शिया नहीं जाता। यह जथेबंदी जिहड़ी आ यही काम लई बनाई आ असीं, क्योंकि जिहड़ा ये बंदे विवादां दे विच रहिंदे आ जां कोई कोई भी बंदा जिहड़ा निरादर करदा बणीदा वह बंदा जिहड़ा वा बख्शिया नहीं जाऊगा। ये कर्म चंगे कि जिहड़ा इत्थों आम बंदे पै गए इत्थों जिहड़ियां सिख संगतां दे विचों भी हंगारा भरिया गया भी चलो कोई नहीं गुरु साहब को आके माफ़ी मंगता सिख संगतां को माफ़ी मंगता तो एक बार जिहड़ी इस बंदे नूं माफ़ी दित्ती जाए। इस करके सारी संगत ने ते गुरु साहब दे अरदास करके जिहड़ा वा इस बंदे नूं जिहड़ा माफ़ी है दित्ती गई है ते अज तों गांह जे कोई भी कारवाई करदा ते माफ़ी दे लायक नहीं होगा फिर डांग जिहड़ी है वह पूरी खड़कूगी जी। वाह।